ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਅਮਰ ਲੱਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਕਾਬਲੇ ادب ਪਰਮ ਸਨਮਾਨ ਜੋਗ ਸ਼ਤਰ ਚਵਰਤਖ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਔਰ ਆਪ ਦੇਸ਼ ਵਿਦੇਸ਼ ਦੀ ਤਰਤੀਤੇ ਵਸਤੀਆਂ ਹੋਈਆਂ ਸੰਗਤਾਂ ਦੇ ਪਿਆਰ ਦਾ ਸਦਕਾ ਜੋ ਅਜੀਤ ਅਦਾਰੇ ਵੱਲੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਤਹਿਤ ਆਪਜੀ ਤੱਕ ਗੁਰੂ ਦੀ ਮਤ ਨੂੰ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਆਓ ਅੱਜ ਆਪਾਂ ਸਤਿਗੁਰਾਂ ਦੇ ਪਾਵਨ ਬਚਨ ਦੀ ਵਿਚਾਰ ਦੀ ਜਵਾਬੀ ਨਾਲ ਸਾਂਝ ਕਰਨੀ ਹੈ ਕਰੋ ਕਿਰਪਾ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਬੇ ਕਮਾਲ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਗਈ ਫਤਿਹ ਦੋਵੇਂ ਹੱਥ ਜੋੜ ਸੀਸ ਝੁਕਾ ਕੇ ਸਾਰੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀ ਹੋਣਾਂ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਜਿਸ ਦਾ ਸਰਲੇਖ ਸੋਪੁਰਖ ਹੈ ਪਿਛਲੇ ਭਾਗ ਵਿੱਚ ਆਪਾਂ ਦੂਸਰੇ ਪਦੇ ਤੱਕ ਇਸ ਦੀ ਵਿਚਾਰ ਸਾਂਝੀ ਕੀਤੀ ਸੀ ਅੱਜ ਤੀਸਰੇ ਪਦੇ ਦੇ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਹਰ ਧਿਆਵੇਂ ਹਰ ਧਿਆਵੇਂ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੈ ਪ੍ਰਭੂ ਜੀ ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ ਉਹ ਬੰਦੇ ਆਪਣੀ ਜ਼ਿੰਦਗੀ ਵਿੱਚ ਸੁਖੀ ਵਸਦੇ ਨੇ ਸੁਖਵਾਸੀ ਉਹ ਸੁਖੀ ਵਸਦੇ ਨੇ ਸੁੱਖਾਂ ਦੇ ਵਾਸੀ ਹੋ ਜਾਂਦੇ ਆ ਸੁੱਖ ਉਹਨਾਂ ਦੇ ਜੀਵਨ ਦੇ ਵਿੱਚ ਤੁਸੀਂ ਬਖਸ਼ਿਸ਼ ਕਰ ਦਿੰਦੇ ਹੋ ਮਿਹਰ ਕਰ ਦਿੰਦੇ ਹੋ ਜਿਹੜੇ ਤੈਨੂੰ ਧਿਆਉਂਦੇ ਨੇ ਹਰ ਧਿਆਮ ਹੈ ਹਰ ਧਿਆਮ ਹੈ ਤੁਦ ਜੀ ਜਿਹੜੇ ਤੁਹਾਨੂੰ ਧਿਆਉਂਦੇ ਨੇ ਸੇ ਜਨ ਉਹ ਮਨੁੱਖ ਜੁਗ ਮੈਂ ਇਸ ਸਮੇਂ ਅੰਦਰ ਇਸ ਵਕਤ ਦੇ ਅੰਦਰ ਕਹਿੰਦੇ ਫਿਰ ਉਹ ਸੁਖਵਾਸੀ ਔਰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਵਾਰ-ਵਾਰ ਇੱਕ ਵਚਨ ਕਹਿੰਦੇ ਆ ਜੇ ਤੂੰ ਸੁਖੀ ਹੋਣਾ ਚਾਹੁੰਦਾ ਹੈ ਕਿਉਂਕਿ ਤਾਂ ਮੈਨੂੰ ਪੁੱਛਿਆ ਜਾਏ ਤੁਹਾਨੂੰ ਪੁੱਛਿਆ ਜਾਏ ਵਿੱਕੀ ਭਾਈ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ ਤਾਂ ਮੇਰਾ ਵੀ ਜਵਾਬ ਹਾਂ ਵਿੱਚ ਹੋਏਗਾ ਕਿ ਹਾਂ ਮੈਂ ਸੁਖੀ ਹੋਣਾ ਚਾਹੁੰਦਾ ਤੁਹਾਡਾ ਵੀ ਜਵਾਬ ਹਾਂ ਵਿੱਚ ਹੀ ਹੋਏਗਾ ਕਿ ਹਾਂ ਅਸੀਂ ਸੁਖੀ ਹੋਣਾ ਚਾਹਣੇ ਅਸੀਂ ਸੁਖ ਨਾਲ ਵਸਣਾ ਚਾਹਣੇ ਤਾਂ ਮਹਾਰਾਜ ਗੁਰਬਾਣੀ ਵਿੱਚ ਫਿਰ ਉਹਦਾ ਮੰਤਰ ਦੱਸਦੇ ਆ ਉਹਦਾ ਉਹਦਾ ਮੈਥਡ ਤਰੀਕਾ ਜਾਂਚ ਢੰਗ ਦੱਸਦੇ ਆ ਕਿ ਜੇ ਤੂੰ ਸੁਖਵਾਸੀ ਹੋਣਾ ਚਾਹਣਾ ਹੈ ਸੁਖਾਂ ਦੇ ਵਿੱਚ ਵਸਣਾ ਚਾਹਣਾ ਤਾਂ ਫਿਰ ਉਸ ਮਾਲਕ ਦੇ ਨਾਲ ਜੁੜ ਜੀ ਦੇ ਨਾਲ ਜੁੜ ਕੇ ਇੱਕ ਅਗਨਾਸ਼ੀ ਸੁਖ ਮਿਲਦਾ ਹੈ। ਔਰ ਆਪਾਂ ਬਚਨ ਪੜ੍ਹਦੇ ਆਂ ਟੋਡੀ ਰਾਗ ਦੇ ਵਿੱਚ। ਪੰਜਵੇਂ ਪਾਦਸ਼ਾ ਦਾ ਹੀ ਹੈ। ਸਹਿਬ ਕਹਿੰਦੇ ਨੇ ਰਸਨਾ ਗੁਣ ਗੋਪਾਲ ਨੇ ਗਾਇਨ। ਰਸਨਾ ਨਾਲ ਉਸ ਗੋਪਾਲ ਦੇ ਗੁਣਾਂ ਨੂੰ ਗਾਇਨਕਰ ਉਹਦੀ ਆਰਾਧਨਾ ਵਿੱਚ ਜੁੜ। ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ। ਪਲਾਈਨ ਤੇਰੇ ਜੀਵਨ ਵਿੱਚ ਸ਼ਾਂਤੀ ਹੋਏਗੀ ਸੁਖ ਹੋਏਗਾ ਸਹਿਜ ਹੋਏਗਾ ਸਭ ਦੁੱਖ ਜਿਹੜੇ ਉਹ ਮਿਟ ਜਾਣਗੇ ਸਗਲੇ ਦੁੱਖ ਪਲਾਈਨ ਜੋ ਮੰਗੇ ਸੋਈ ਸੋਈ ਪਾਵੇਂ ਸੇਵ ਹਰ ਕੇ ਚਰਨ ਰਸਾਇਣ ਔਰ ਕਹਿੰਦੇ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਦਾਤ ਪ੍ਰਾਪਤ ਅਖੀਰਲਾ ਬਚਨ ਆਖਿਆ ਜਾ ਕੇ ਅਬਨਾਸ਼ੀ ਖੇਮ ਚਾਹੇ ਜੇ ਨਾਨਕ ਅਬਨਾਸ਼ੀ ਖੇਮ ਖੇਮ ਕਹਿੰਦੇ ਸੁਖ ਨੂੰ ਅਬਨਾਸ਼ੀ ਦਾ ਅਰਥ ਨਾ ਨਾਸ਼ ਹੋਣ ਵਾਲਾ ਜਿਹੜਾ ਕਦੇ ਵੀ ਨਾਸ਼ ਨਾ ਹੋਵੇ ਐਸਾ ਸੁਖ ਅਬਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਤਾਂ ਸਦਾ ਉਸ ਨਾਰਾਇਣ ਨੂੰ ਅਕਾਲ ਪੁਰਖ ਨੂੰ ਪਰਮਾਤਮ ਦੇਵ ਨੂੰ ਸਿਮਰ ਉਹਨੂੰ ਚੇਤੇ ਕਰ ਉਹਦੀ ਯਾਦ ਵਿੱਚ ਜੁੜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਉਹਨੂੰ ਧਿਆਉਂਦੇ ਤੇ ਉਹਦੇ ਤੋਂ ਟੁੱਟ ਕੇ ਦੁੱਖ ਆ ਦੁੱਖ ਤਦੇ ਜਾਂ ਵਿਸਰ ਜਾਵੇ ਕਿੰਦੇ ਮਾਲਕ ਵਿਸਰਦਾ ਹੈ ਕੀ ਵਿਸਰੈ ਦੁੱਖ ਬਹੁਤਾ ਲੱਗੈ ਦੁੱਖ ਲੱਗੈ ਤੂੰ ਵਿਸਰਨਾਹੀਂ ਕਿੰਦੇ ਮਾਲਕ ਜੀ ਤੁਸੀਂ ਵਿਸਰਦੇ ਹੋ ਤੇ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ ਤੇ ਤੁਸੀਂ ਚੇਤੇ ਵਿੱਚੋਂ ਤਾਂ ਜੀਵਨ ਵਿੱਚ ਬੜਾ ਵੱਡਾ ਸੁੱਖ ਹੈ ਕਿਉਂਕਿ ਸੁੱਖ ਤੇ ਦੁੱਖ ਦਾ ਜਿਹੜਾ ਸੰਬੰਧ ਹੈ ਉਹ ਬੰਦੇ ਦੇ ਮਨ ਦੀ ਅਵਸਥਾ ਨਾਲ ਹੈ ਆਪ ਜੀ ਆਖੋਗੇ ਉਹ ਕਿਵੇਂ ਮਨ ਦੀ ਅਵਸਥਾ ਹੈ ਕੋਈ ਬੰਦਾ ਬੈਠਾ ਝੁੱਗੀ ਵਿੱਚ ਵੀ ਖੁਸ਼ ਹੈ ਹੱਸ ਰਿਹਾ ਹੈ ਪ੍ਰਸੰਨ ਹੈ ਇੱਕ ਬੰਦਾ ਮਹਿਲਾ ਵਿੱਚ ਵੀ ਬੈਠਾ ਰੋ ਰਿਹਾ ਹੈ ਇੱਕ ਪੈਦਲ ਤੁਰਿਆ ਜਾਂਦਾ ਵੀ ਬੜਾ ਪ੍ਰਸੰਨ ਹੈ ਖੁਸ਼ ਹੈ ਇੱਕ ਲੱਖਾਂ ਕਰੋੜਾਂ ਦੀ ਕਾਰ ਮੋਟਰ ਵਿੱਚ ਬੈਠਾ ਵੀ ਦੁਖੀ ਹੈ ਤਾਂ ਹੁਣ ਸੁੱਖ ਤਾਂ ਵੇਖਿਆ ਜੇ ਤਾਂ ਸਰੀਰ ਕਰਕੇ ਤਾਂ ਉਹਦੇ ਕੋਲੇ ਹੈ ਲੇਕਿਨ ਮਨ ਕਰਕੇ ਦੁਖੀ ਹੈ ਤੁਮਾਰਾ ਸੱਚੇ ਪਾਤਸ਼ਾਹ ਤਾਂ ਹੀ ਇਹ ਬਖਸ਼ਿਸ਼ ਕਰਕੇ ਬਚਨ ਸਾਨੂੰ ਸਮਝਾ ਰਹੇ ਆ ਸਾਹਿਬ ਕਹਿੰਦੇ ਆ ਕਿ ਹਰ ਧਿਆਵੇਂ ਹਰ ਧਿਆਵੇਂ ਤੁਧ ਜੀ ਸੇ ਜਨ ਜਿਹੜੇ ਤੈਨੂੰ ਧਿਆਉਂਦੇ ਆ ਨਾ ਹਰੀ ਜੀ ਤੁਹਾਨੂੰ ਅਰਾਧਦੇ ਆ ਸੇ ਜਨ ਜੁਗ ਮੈਂ ਸੁਖਵਾਸੀਓ ਸੁਖੀ ਵਸਦੇ ਆ ਫਿਰ ਸੁਖੀ ਹੋ ਜਾਂਦੇ ਉਹਨਾਂ ਨੂੰ ਤੁਸੀਂ ਇਹ ਦਾਤ ਦੇ ਦਿੱਤੀ ਕਿਉਂਕਿ ਜਿੱਥੇ ਪਰਮੇਸ਼ਰ ਦੀ ਯਾਦ ਹੈ ਉੱਥੇ ਸਦਾ ਦਾ ਸੁੱਖ ਹੈ ਫਿਰ ਮਹਾਰਾਜ ਕਹਿੰਦੇ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਨ ਟੁੱਟੀ ਜਮਕੀ ਫਾਸੀ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਹਰ ਨਾਮ ਸਿਮਰਿਆ ਉਹ ਸਦਾ ਲਈ ਮਾਇਆ ਦੇ ਬੰਧਣਾਂ ਤੋਂ ਆਜ਼ਾਦ ਹੋ ਗਏ ਉਹਨਾਂ ਦੀ ਜਮਾਂ ਵਾਲੀ ਫਾਹੀ ਵੀ ਟੁੱਟ ਗਈ ਪਰਮੇਸ਼ਰ ਦਾ ਨਾਮ ਹਰ ਤਰ੍ਹਾਂ ਦੇ ਬੰਧਣਾਂ ਨੂੰ ਤੋੜਦਾ ਜੀਵਨ ਦੇ ਵਿੱਚ ਮੁਕਤ ਆਉਣ ਜਾਉਣ ਤੋਂ ਮੋਹ ਮਾਇਆ ਤੋਂ ਮਾਲਕ ਦੇ ਨਾਮ ਦੇ ਨਾਲ ਜੁੜ ਕੇ ਦਾਤ ਸਮਝਾਈ ਇੱਕ ਅਸੀ ਕਈ ਵੇਰੀ ਬੰਦਾ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕਰਦਾ ਹੈ ਵੀ ਇਹ ਜੀ ਬਹੁਤ ਲੋਕ ਕਹੋ ਜੇ ਚੱਕਰ ਚ ਵੀ ਪੈ ਫਿਰਦੇ ਇਹਦੀ ਮੁਕਤੀ ਨਹੀਂ ਜੀ ਹੋਈ ਇਹਦੀ ਮੁਕਤੀ ਕਰਾਉਣੀ ਹੈ ਭਟਕਦਾ ਫਿਰਦਾ ਕੁਝ ਅਨੇਕਾਂ ਚੀਜ਼ਾਂ ਜਿਨ੍ਹਾਂ ਵਿੱਚ ਸੰਸਾਰ ਅਕਸਰ ਇਹੋ ਜਿਹੇ ਕਾਰਜਾਂ ਦੇ ਵਿੱਚ ਪਿਆ ਹੋਇਆ ਹੈ ਔਰ ਮਾਲਕ ਬਖਸ਼ਿਸ਼ ਕਰਕੇ ਸਮਝਾਉਂਦੇ ਕਿ ਇਹਦੇ ਵਿੱਚੋਂ ਜੇ ਤੂੰ ਬਾਹਰ ਨਿਕਲਣਾ ਚਾਹਣਾ ਹੈ ਇਹਦੇ ਤੋਂ ਛੁਟਕਾਰਾ ਪਾਉਣਾ ਚਾਹਣਾ ਹੈ ਤਾਂ ਫਿਰ ਉਸ ਮਾਲਕ ਦੀ ਇਬਾਦਤ ਵਿੱਚ ਜੜੋ ਦੀ ਬੰਦਗੀ ਵਿੱਚ ਜੜੋ ਦੀ ਅਰਾਧਨਾ ਵਿੱਚ ਫਿਰ ਤੂੰ ਸੁਖੀ ਹੋ ਸਕਦਾ ਹੈ ਫਿਰ ਤੂੰ ਬਚ ਸਕਦਾ ਹੈ ਵਰਨਾ ਸਾਹਿਬ ਕਹਿੰਦੇ ਇਹਦੇ ਵਿੱਚੋਂ ਨਿਕਲਣ ਦਾ ਕੋਈ ਤਰੀਕਾ ਨਹੀਂ ਹੈ ਕੋ ਢੰਗ ਨਹੀਂ ਹੈ ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੁੱਟੀ ਜਮ ਕੀ ਫਾਸੀ ਕਹਿੰਦੇ ਉਹਨਾਂ ਦੀ ਜਮਾਂ ਵਾਲੀ ਫਾਈ ਜਿਹੜੀ ਆ ਉਹ ਵੀ ਟੁੱਟ ਗਈ ਕਿਉਂਕਿ ਮਾਲਕ ਦੇ ਨਾਮ ਨਾਲ ਜੁੜੇ ਨੇ ਤਾਂ ਹੁਣ ਉਹਨਾਂ ਦੇ ਜਮਾਂ ਦੀ ਫਾਈ ਵੀ ਨਹੀਂ ਉਹਨਾਂ ਦਾ ਲੋਕ ਵੀ ਸੁਖੀਆ ਪ੍ਰਲੋਕ ਵੀ ਸੁਖੀਆ ਕਿਉਂਕਿ ਮਹਾਰਾਜ ਕਹਿੰਦੇ ਆ ਸਤਗੁਰੂ ਆਪਣੇ ਸਿੱਖ ਨੂੰ ਨਾਮ ਧੰਨ ਦਿੰਦੇ ਆ ਸੁਖਮਨੀ ਸਾਹਿਬ ਚ ਆਪਾਂ ਬਚਨ ਪੜਦੇ ਆ ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ ਹੋ ਜਾਂਦਾ ਹੈ ਮਹਾਰਾਜ ਆਪਣੇ ਸਿੱਖ ਦਾ ਹਲਤ ਤੇ ਪਲਤ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਿਜੈ ਮਿਟਾਂ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਵਾ ਜੀਜੈ ਕਿੰਦੇ ਤੂੰ ਜਿਉਂਦਿਆਂ ਵਿੱਚ ਹੋ ਜਾਏਂਗਾ ਇਹ ਜੀਵਨ ਦੀ ਜਾਤ ਦਾਤ ਤੈਨੂੰ ਪ੍ਰਾਪਤ ਹੋਏਗੀ ਜਦੋਂ ਦੀ ਅਰਾਧਨਾ ਵਿੱਚ ਤੂੰ ਜੁੜੇਂਗਾ ਉਹਦੀ ਇਬਾਦਤ ਵਿੱਚ ਜੁੜੇਂਗਾ ਸੇ ਮੁਕਤ ਸੇ ਮੁਕਤ ਭੈਜਨ ਹਰ ਧਿਆਇ ਜੀ ਤਨ ਟੂਟੀ ਜਮ ਕੀ ਫਾਸੀ ਕਹਿੰਦੇ ਕਿਨੂੰ ਧਿਆਉਣਾ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਕਹਿੰਦੇ ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਉਹਨੂੰ ਜਪਦਿਆਂ ਜਪਦਿਆਂ ਆਪ ਵੀ ਡਰ ਤੋਂ ਰਹਿਤ ਹੋ ਗਏ ਹੁੰਜ ਮਨੁੱਖ ਡਰਦਾ ਫਿਰਦਾ ਹੈ ਕਿੰਨੀਆਂ ਚੀਜ਼ਾਂ ਤੋਂ ਡਰਦਾ ਹੈ ਮਨੁੱਖ ਤੋਂ ਡਰਦਾ ਹੈ ਕੁੱਤੇ ਬਿੱਲੀਆਂ ਤੋਂ ਡਰਦਾ ਫਿਰਦਾ ਇਹ ਨਹੀਂ ਉਹ ਡਰਨ ਵਾਲਾ ਇੱਕ ਭਾਵ ਵੱਖਰਾ ਹੁੰਦਾ ਵੀ ਆਪਾਂ ਆਖੀ ਲੋ ਜੀ ਹੁਣ ਕੁੱਤਾ ਵੱਢ ਜਾਏਗਾ ਡਰ ਨਹੀਂ ਨਹੀਂ ਇਹ ਬਿੱਲੀ ਰਸਤਾ ਕੱਟ ਗਈ ਜੀ ਤੁਰੇ ਤਾਂ ਜੀ ਇਹ ਕੁੱਤਾ ਰੋ ਰਿਹਾ ਜੀ ਐ ਹੋ ਗਿਆ ਅੱਗੋਂ ਕੋਈ ਆ ਲੈ ਕੇ ਮਿਲ ਪਿਆ ਜੀ ਇਸ ਤਰ੍ਹਾਂ ਹੋ ਗਿਆ ਕਿੰਨੇ ਡਰਨੇ ਔਰ ਉਹ ਮਨੁੱਖ ਹਰੇਕ ਡਰ ਦੇ ਵਿੱਚ ਐ ਤੁਸੀਂ ਉਂਗਲਾਂ ਭਰੀਆਂ ਵੇਖਦੇ ਹੋ ਰਾਸ਼ੀਆਂ ਦੀਆਂ ਮੁੰਦਰੀਆਂ ਪਾਈ ਫਿਰਦਾ ਹੈ ਕਿੰਨੇ ਕਿੰਨੇ ਧਾਗੇ ਗੁਟਾਂ ਨਾਲ ਬੰਨੀ ਫਿਰਦਾ ਹੈ ਕਿਤੇ ਗਲ ਵਿੱਚ ਤਵੀਜ਼ ਪਾਈ ਫਿਰਦਾ ਕਿਤੇ ਡੋਲੇ ਨਾਲ ਬੰਨੀ ਫਿਰਦਾ ਪਤਾ ਨਹੀਂ ਕਿੰਨਾ ਇਹ ਸਭ ਡਰ ਦੇ ਭੈ ਦੇ ਵਿੱਚ ਹੀ ਹੈ ਲੇਕਿਨ ਜਿੱਦਣ ਮਹਾਰਾਜ ਕਹਿੰਦੇ ਉਸ ਨਿਰਭਉ ਦੇ ਨਾਲ ਜੁੜਿਆ ਉਸ ਮਾਲਕ ਨਾਲ ਉਸ ਅਕਾਲ ਪੁਰਖ ਦੇ ਨਾਲ ਉਸ ਪਰਮੇਸ਼ਰ ਨਾਲ ਤਾਂ ਉਹਦੇ ਨਾਲ ਜੁੜ ਕੇ ਸਾਰੇ ਦੇ ਸਾਰੇ ਡਰ ਦੂਰ ਹੋ ਗਏ ਕਿਉਂਕਿ ਆਪ ਨਿਰਭਉ ਹੈ ਨਾ ਜਿਨ ਨਿਰਭਉ ਜਿਨ ਹਰ ਨਿਰਪਾਉ ਜਿਹੜਾ ਹਰੀ ਨਿਰਪਾਉ ਹੈ ਉਹ ਆਪ ਡਰ ਤੋਂ ਰਹਿਤ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੈ ਤਾਂ ਜਿਹੜਾ ਉਹਦੇ ਨਾਲ ਜੁੜਦਾ ਹੈ ਉਹ ਵੀ ਡਰ ਤੋਂ ਰਹਿਤ ਹੋ ਗਿਆ ਤਨਕਾ ਭਉ ਸਭ ਗਵਾਸੀ ਉਹਨਾਂ ਦਾ ਹਰ ਤਰ੍ਹਾਂ ਦਾ ਭਉ ਚਾਹੇ ਉਹ ਰੋਜੀ ਰੋਟੀ ਨੂੰ ਲੈ ਕੇ ਹੋਵੇ ਜਾਂ ਕਿਸੇ ਹੋਰ ਕਾਰਜ ਨੂੰ ਲੈ ਕੇ ਹੋਵੇ ਸਭ ਤਰ੍ਹਾਂ ਦਾ ਡਰ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਉਹਨਾਂ ਦੇ ਜੀਵਨ ਦੇ ਵਿੱਚੋਂ ਸਮਾਪਤ ਹੋ ਗਿਆ ਖਤਮ ਹੋ ਗਿਆ ਫਿਰ ਮਹਾਰਾਜ ਕਹਿੰਦੇ ਆ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸਮਾਸੀ ਦਾ ਅਰਥ ਆ ਸਮਾ ਜਾਣਾ ਲੀਨ ਹੋ ਜਾਣਾ ਜਿਨ੍ਹਾਂ ਨੇ ਉਸ ਮੇਰੇ ਪ੍ਰਭੂ ਨੂੰ ਚਿਤ ਕੀਤਾ ਔਰ ਇਹ ਹਰੀ ਦੇ ਨਾਮ ਦੀ ਵਿਸ਼ੇਸ਼ਤਾ ਆ ਇਹ ਬਖਸ਼ਿਸ਼ ਆ ਕਿ ਰੱਬ ਨੂੰ ਮਾਲਕ ਨੂੰ ਜਪਦਿਆਂ ਜਪਦਿਆਂ ਬੰਦਾ ਰਬ ਰੂਪ ਹੀ ਹੋ ਜਾਂਦਾ ਕਿਸੇ ਹੋਰ ਦਾ ਤੁਸੀਂ ਨਾਮ ਬੰਦੇ ਦਾ ਜਪ ਲਓ ਕਿਸੇ ਮੂਰਤੀ ਦਾ ਜਪ ਲਓ ਉਹਦਾ ਰੂਪ ਥੋੜੀ ਹੋ ਜਾਣਾ ਪਰਮੇਸ਼ਰ ਦੀ ਆਰਾਧਨਾ ਕਰਦਿਆਂ ਕਰਦਿਆਂ ਉਹਦੀ ਇਬਾਦਤ ਕਰਦਿਆਂ ਕਰਦਿਆਂ ਜਿਹਦੇ ਉੱਤੇ ਗੁਰੂ ਦੀ ਮਿਹਰ ਵਰਤਦੀ ਹੈ ਉਹਦਾ ਰੂਪ ਹੀ ਹੋ ਜਾਂਦਾ ਹੈ ਗੁਰੂ ਸਿੱਖ ਨੂੰ ਆਪਣਾ ਰੂਪ ਕਰਦਾ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਆਪਾਂ ਬਚਨ ਪੜ੍ਹਦੇ ਹਾਂ ਖਾਲਸਾ ਮੇਰੋ ਰੂਪ ਹੈ ਕੋਸ ਮਾਰੇ ਨੇ ਕੀਤਾ ਨਾ ਆਪਣਾ ਰੂਪ ਖਾਲਸੇ ਮੈਂ ਹਾਂ ਕਰੋ ਨਿਵਾਸ ਆਤਮ ਰਸ ਜੇ ਜਨ ਹੀ ਸੋਹ ਹੈ ਖਾਲਸ ਦੇਵ ਪ੍ਰਭ ਮੈਂ ਮੋ ਮੈਂ ਤਾਸ ਮੈਂ ਰੰਚਕ ਨਾ ਹੀ ਭੇਵ ਕਹਿੰਦੇ ਕਰਤਾ ਮਾਤਰ ਵੀ ਭੇਵ ਨਹੀਂ ਫਿਰ ਦਸ਼ਮ ਪਾਤਸ਼ਾਹ ਦਾ ਹੀ ਬਚਨ ਹੈ ਹਰ ਹਰ ਜਨ ਹਰੀ ਤੇ ਹਰੀ ਦਾ ਪਿਆਰਾ ਦੁਈ ਇਕ ਹੈ ਦੋ ਤੋ ਇਕ ਹੋ ਜਾਂਦੇ ਬਿਬ ਵਿਚਾਰ ਕਛ ਨਾਹਿ ਇਹਦੇ ਵਿੱਚ ਕੋਈ ਦੂਜੀ ਵਿਚਾਰ ਨਹੀਂ ਔਰ ਕਿਵੇਂ ਹੁੰਦੇ ਕਹਿੰਦੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹ ਹੈ ਕਹਿੰਦੇ ਪਾਣੀ ਵਿੱਚੋਂ ਪੈਦਾ ਹੋ ਕੇ ਜਿਵੇਂ ਤਰੰਗ ਪਾਣੀ ਵਿੱਚ ਹੀ ਸਮਾ ਜਾਂਦੀ ਨਾ ਉਹਦਾ ਹੀ ਰੂਪ ਹੁੰਦੀ ਹੈ ਜਿੱਦਣ ਗੁਰੂ ਕਿਰਪਾ ਕਰਦਾ ਹੈ ਜੀਵਨ ਵੀ ਉਹਦਾ ਹੀ ਰੂਪ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਕਿੰਦੇ ਉਹ ਜਿਵੇਂ ਪਾਣੀ ਵਿੱਚ ਮਿਲ ਕੇ ਪਾਣੀ ਹੋ ਗਿਆ ਨਾ ਉਹਨੂੰ ਪਹਿਚਾਨ ਨਹੀਂ ਸਕਦਾ ਕੋਈ ਬਾਬੇ ਕਬੀਰ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਕਟ ਨਾਮ ਨਾ ਉਪਜੈ ਫੂਟ ਮਰੇ ਜਨ ਸੋਏ ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬੇ ਲੈਹਣੇ ਦੇ ਰੂਪ ਵਿੱਚ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਤਖਤ ਤੇ ਬਿਠਾਇਆ 7 ਸਾਲ ਦੀ ਲੰਬੀ ਕਾਲਨ 1532 ਵਿੱਚ ਗੁਰੂ ਨਾਨਕ ਸਾਹਿਬ ਦੇ ਪਾਸ ਕਰਤਾਰਪੁਰ ਸਾਹਿਬ ਜਾਂਦੇ ਆ ਬਾਬਾ ਲੈਣਾ ਜੀ ਤੇ 1539 ਤੱਕ 7 ਸਾਲ ਮਾਲਕ ਦੇ ਚਰਨਾਂ ਵਿੱਚ ਰਹਿ ਕੇ ਕਾਲ ਨਕਾਲਦੇ ਗੁਰੂ ਦੇ ਨਾਲ ਅੰਗੇ ਗਏ ਮਾਲਕ ਨੇ ਆਪਣਾ ਹੀ ਰੂਪ ਕਰ ਦਿੱਤਾ ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਵਿਰਖ ਅੰਮ੍ਰਿਤ ਫਲ ਫਲਿਆ ਜੋਤੀ ਜੋਤ ਜਗਾਈਨ ਦੀਵੇ ਤੇ ਜੋ ਦੀਵਾ ਬਲਿਆ ਕਹਿੰਦੇ ਜਿਵੇਂ ਇੱਕ ਬਲ ਦੇ ਦੀਵੇ ਦੇ ਨਾਲ बुझे ਦੀਵੇ ਨੂੰ ਇਸ ਤਰ੍ਹਾਂ ਛਵਾ ਦਿਓ ਵੱਟੀ ਨਾਲ ਵੱਟੀ ਉੱਚ ਤੇਲ ਤਾਂ ਹੈ ਉਹ ਵੀ ਉਹਦੇ ਤਰ੍ਹਾਂ ਹੀ ਲਟ ਲਟ ਕਰਕੇ ਬਲਣ ਲੱਗ ਪੈਂਦਾ ਇਸ ਤਰ੍ਹਾਂ ਮਹਾਰਾਜ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਆਪਣਾ ਰੂਪ ਕਰ ਲਿਆ ਤਖਤ ਬਖਸ਼ ਦਿੱਤਾ ਔਰ ਉਹ ਵੀ ਇੱਕ ਸਿੱਖ ਤੋਂ ਇਸ ਪਦਵੀ ਤੱਕ ਪਹੁੰਚੇ ਇਕ ਗੁਰੂ ਦਾਤੇ ਦੀ ਬਖਸ਼ਿਸ਼ ਹੈ ਮਿਹਰ ਹੈ ਤਾਂ ਹੀ ਸਤਿਗੁਰਾਂ ਨੂੰ ਦੀਪਕ ਗੁਰੂ ਦਾ ਵੀ ਸ਼ਬਦ ਜਿਹੜਾ ਗੁਰਬਾਣੀ ਵਿੱਚ ਆਪਜੀ ਪੜੋਗੇ ਕਿਹਾ ਗਿਆ ਵੀ ਗੁਰੂ ਦੀਪਕ ਗੁਰੂ ਹੈ ਉਹ ਤਾਂ ਹੀ ਹੈ ਕਿਉਂਕਿ ਮਾਲਕ ਸਿੱਖ ਨੂੰ ਵੀ ਆਪਣੇ ਰੂਪ ਕਰ ਲੈਂਦੇ ਆਪਣੇ ਵਰਗਾ ਬਣਾ ਲੈਂਦੇ ਐਸੇ ਹੀ ਪਰਮੇਸ਼ਰ ਦਾ ਮਾਲਕ ਦਾ ਜੋ ਨਾਮ ਹੈ ਪਰਮੇਸ਼ਰ ਦਾ ਸਾਹਿਬ ਕਹਿੰਦੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਉਹ ਹਰੀ ਦੇ ਵਿੱਚ ਹੀ ਸਮਾਗੈ ਉਹਦਾ ਹੀ ਰੂਪ ਹੋ ਗਏ ਉਹਨੂੰ ਅਰਾਧਣ ਵਾਲਿਆਂ ਦਾ ਜਦੋਂ ਉਸ ਸਟੇਜ ਤੇ ਜੀਵਨ ਪਹੁੰਚਿਆ ਅਰਾਦੀ ਦਾ ਤੇ ਅਰਾਧਣ ਵਾਲੇ ਦਾ ਫਰਕ ਨਾ ਰਹਿ ਗਿਆ ਮਿਟ ਗਿਆ ਉਹ ਫਰਕ ਜੈਸੇ ਨਦੀ ਸਾਗਰ ਵਿੱਚ ਪਈ ਸਾਗਰ ਦਾ ਰੂਪ ਹੋ ਗਏ ਬਾਵੇ ਕਬੀਰ ਦਾ ਇੱਕ ਸ਼ਬਦ ਹੈ ਉਹ ਕਹਿੰਦੇ ਆ ਕਿ ਚੰਦਨ ਕੈ ਸੰਗ ਤਰਵਰ ਵਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਸ਼ਬਦ ਦੀ ਸ਼ੁਰੂਆਤ ਹੁੰਦੀ ਗੰਗਾ ਕੈ ਸੰਗ ਸਲਤਾ ਵਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਕਹਿੰਦੇ ਜਿਵੇਂ ਨਦੀ ਵਿੱਚ ਜਾ ਕੇ ਗੰਗਾ ਵਿੱਚ ਕੋਈ ਨਾਲਾ ਨਦੀ ਡਿੱਗਿਆ ਤੇ ਉਹਦਾ ਹੀ ਰੂਪ ਹੋ ਗਿਆ ਇਸੇ ਤਰ੍ਹਾਂ ਇਹ ਆਤਮ ਪਰਮਾਤਮ ਦਾ ਰੂਪ ਪਰਮੇਸ਼ਰ ਦਾ ਸਰੂਪ ਹੋਣਾ ਉਸ ਨਿਰੰਕਾਰ ਦਾ ਉਹਦਾ ਹੀ ਰੂਪ ਹੋਣਾ ਹੈ ਮਹਾਰਾਜ ਕਹਿੰਦੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਉਹਦੇ ਵਿੱਚ ਹੀ ਸਮਾ ਜਾਂਦੇ ਆ ਕਿਉਂਕਿ ਆਪਣੀ ਹੋਂ ਨੂੰ ਤਿਆਗ ਦਿੰਦੇ ਆਪਾਂ ਭਾਵ ਤਿਆਗਣਾ ਹੈ ਫਿਰ ਜਾ ਕੇ ਉਹਦਾ ਰੂਪ ਹੋਇਆ ਜਾ ਸਕਦਾ ਜੇ ਬੰਦਾ ਅਖੇ ਮੇਰੀ ਹੋਂਦ ਵੀ ਬਚੀ ਰਵੇ ਮੈਂ ਵੀ ਰਹਾ ਤੇ ਉਹਦਾ ਰੂਪ ਦੋ ਚੀਜ਼ਾਂ ਨਹੀਂ ਹੋ ਸਕਦੀਆਂ ਇਹ ਤਾਂ ਆਪਣਾ ਸਭ ਕੁਝ ਤਿਆਗ ਕੇ ਆਪਾ ਪਾਪ ਮਿਟਾ ਕੇ ਉਹਦੇ ਵਿੱਚ ਮਿਲਣਾ ਫਿਰ ਉਹ ਮਾਲਕ ਆਪਣੇ ਰੂਪ ਬਣਾ ਲੈਂਦਾ ਐਸੀ ਮਿਹਰ ਕਰਦਾ ਹੈ ਸਾਬ ਕਹਿੰਦੇ ਸੇ ਧੰ ਸੇ ਧੰ ਜਿਨ ਹਰ ਤਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਕਹਿੰਦੇ ਉਹ ਭਾਗਾ ਵਾਲੇ ਧੰ ਨੇ ਉਹ ਮਨੁੱਖ ਸੇ ਧੰ ਸੇ ਧੰ ਜਿਨ ਹਰ ਤਿਆਇਆ ਜੀ ਜਾ ਨਾਨਕ ਤਿੰਬਲ ਜੀ ਅਸੀ ਤਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਉਹਨਾਂ ਰੱਬ ਦੇ ਪਿਆਰਿਆਂ ਤੋਂ ਜਿਨ੍ਹਾਂ ਨੇ हे ਦਾਤਾ हे ਪਰਮੇਸ਼ਰ ਕਾਲਪੁਰਖ ਤੈਨੂੰ ਸਿਮਰਿਆ ਤੇਰੀ ਯਾਦ ਵਿੱਚ ਜੁੜੇ ਤੇਰੀ ਇਵਾਦਤ ਤੇਰੀ ਅਰਾਧਨਾ ਵਿੱਚ ਹੋਏ ਸਾਬ ਜੀ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਤੇਰੇ ਤੋਂ ਬਲਿਹਾਰ ਜਾਂਦਾ ਤੇ ਕਹਿੰਦੇ ਉਹ ਤਨਤਾ ਜੋਗ ਹੋ ਗਏ ਕਿਉਂਕਿ ਸੁਖਮਣੀ ਸਾਹਿਬ ਵਿੱਚ ਇੱਕ ਬਚਨ ਆਇਆ ਪ੍ਰਭ ਕੋ ਸਿਮਰੈ ਸੇ ਤਨਮੰਤੇ ਇੱਕ ਤਨਮਾਨ ਹੈ ਬੰਦਾ ਦੁਨਿਆਵੀ ਤੌਰ ਤੇ ਉਹਦੇ ਕੋਲੇ ਧਨ ਪਦਾਰਥ ਹੈ ਮਾਇਆ ਹੈ। ਔਰ ਇੱਕ ਹੈ ਜਿਹੜਾ ਮਾਲਕ ਦੀ ਅਰਾਧਨਾ ਵਿੱਚ ਜੁੜਿਆ ਇੱਕ ਉਹ ਧਨੀ ਹੈ। ਜੋ ਪਰਮੇਸ਼ਰ ਦੇ ਨਾਮ ਨਾਲ ਧਨੀ ਹੋਇਆ ਹੈ। ਜਿਸ ਨਾਮ ਰਿਧੈ ਸੋਈ ਵੱਡ ਰਾਜਾ। ਕਹਿੰਦੇ ਜਿਹਦੇ ਹਿਰਦੇ ਵਿੱਚ ਨਾਮ ਵਸਿਆ ਨ ਉਹ ਸਭ ਨਾਲੋਂ ਵੱਡਾ ਰਾਜਾ ਹੈ ਜਿਹਨੂੰ ਉਹਨੇ ਆਪਣੀ ਸਿਫਤ ਤੋਂ ਸਲਾਹ ਮਾਲਕ ਨੇ ਬਖਸ਼ ਦਿੱਤੀ ਆਪਾਂ ਵਚਨ ਪੜ੍ਹਦੇ ਹਾਂ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾ ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਗਿਆ ਜਿਹਨੂੰ ਉਸ ਦਾਤੇ ਨੇ ਉਸ ਪਰਮੇਸ਼ਰ ਨੇ ਅਕਾਲ ਪੁਰਖ ਨੇ ਆਪਣੀ ਸਿਫਤ ਤੋਂ ਸਲਾਹ ਦੇ ਦਿੱਤੀ ਜਿਹਦੇ ਉੱਤੇ ਮਾਲਕ ਨੇ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਜਿਸ ਨੂੰ ਬਖਸ਼ੇ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਕਹਿੰਦੇ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਗਿਆ ਮਹਾਰਾਜ ਕਹਿੰਦੇ ਆ ਉਹ ਤਨਤਾ ਜੋਗ ਹੋ ਜਾਂਦੇ ਆ ਜਿਹੜੇ ਤੇਰੀ ਅਰਾਧਨਾ ਵਿੱਚ ਤੇਰੀ ਯਾਦ ਵਿੱਚ ਤੇਰੀ ਇਬਾਦਤ ਵਿੱਚ ਜੁੜਦੇ ਆ ਉਹ ਤਨਤਾ ਦੇ ਪਾਤਰ ਹੋ ਗਏ ਉਹ ਤਨਮੰਤੇ ਹੋ ਗਏ ਇੱਕ ਦੁਨਿਆਵੀ ਧਨ ਨਾਲ ਬੰਦਾ ਤਨਮਾਨ ਹੈ ਪਰ ਉਹ ਚਾਰ ਦਿਨ ਦੀ ਸ਼ੋਭਾ ਹੈ ਇਸ ਜਗ ਵਿੱਚ ਸ਼ੋਭਾ ਨਾਮ ਕੀ ਬਿਨਾਂ ਨਾਵੇਂ ਸ਼ੋਭਾ ਨਾ ਹੋਏ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਪਰ ਪਰਮੇਸ਼ਰ ਦੇ ਨਾਮ ਦੀ ਸ਼ੋਭਾ ਸਦਾ ਹੈ ਉਹਨੂੰ ਧਨ ਕਹਿਣ ਵਾਲੇ ਜਿਹੜੇ ਅਕਾਲ ਪੁਰਖ ਨੂੰ ਧਨ ਕਹਿੰਦੇ ਆ ਪ੍ਰਮਾਤਮਾ ਪਰਮੇਸ਼ਰ ਨੂੰ ਧਨ ਕਹਿੰਦੇ ਆ ਉਹਨੂੰ ਧਨ ਧਨ ਕਹਿੰਦਿਆਂ ਇੱਕ ਦਿਨ ਉਹ ਵੀ ਧਨਤਾ ਜੋਗ ਹੋ ਜਾਂਦੇ ਤਾਂ ਮਹਾਰਾਜ ਕਹਿੰਦੇ ਸਭ ਧਨ ਕਹੋ ਸਭ ਧਨ ਕਹੋ ਗੁਰ ਸਤਗੁਰੂ ਗੁਰ ਸਤਗੁਰੂ ਜਿੱਤ ਮਿਲ ਹਰ ਪੜਦਾ ਕੱਜਿਆ ਸੋਰਠ ਕੀ ਵਾਰ ਦੀ ਅਖੀਰਲੀ ਪੌੜੀ ਜਦੋਂ ਆਪਾਂ ਪੜ੍ਹਦੇ ਆਂ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧਿ ਆਪੇ ਸਿਸ਼ਟ ਸਿਰ ਜੀਆ ਆਪੇ ਫਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕਾ ਰਾਧਿਆ ਸਭ ਆਖੋ ਧੰਨ 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 ਗੁਰ ਸੋਈ ਕਹਿੰਦੇ ਜਦੋਂ ਤੂੰ ਗੁਰੂ ਨੂੰ ਧੰਨ ਕਹੇਂਗਾ ਪਰਮੇਸ਼ਰ ਨੂੰ ਧੰਨ ਕਹੇਂਗਾ ਔਰ ਧੰਨ ਧੰਨ ਕਹਿੰਦਿਆਂ ਚੇਤਾ ਰੱਖੀ ਇੱਕ ਦਿਨ ਤੂੰ ਵੀ ਧੰਨ ਹੋ ਜਾਏਂਗਾ ਫਿਰ ਜਿਨ੍ਹਾਂ ਨੇ ਉਹਦੀ ਆਰਾਧਨਾ ਕੀਤੀ ਨਾ ਉਹਨਾਂ ਨੂੰ ਸੰਸਾਰ ਜਦੋਂ ਵੀ ਚਿੱਤ ਕਰਦਾ ਤਾਂ ਆਖਦਾ ਭਾਈ ਇਹ ਜੀਵਨ ਧੰਨਤਾ ਜੋਗ ਹੈ ਇਹ ਜੀਵਨ ਵਡਿਆਉਣ ਜੋਗ ਹੈ ਵਡਿਆਈ ਦਾ ਪਾਤਰ ਹੈ ਸਭ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਵੇਖੋ ਇੱਕ ਸਮਾਂ ਹੁੰਦਾ ਹੈ ਜਦੋਂ ਸਿੱਖ ਗੁਰੂ ਤੋਂ ਕੁਰਬਾਨ ਜਾਂਦਾ ਹੈ ਕਿ ਮਹਾਰਾਜ ਮੈਂ ਗੁਰੂ ਤੋਂ ਗੁਰੂ ਦਾਤਾ ਜੀ ਮੈਂ ਤੇਰੇ ਤੋਂ ਕੁਰਬਾਨ ਲਖਣ ਇੱਕ ਦਿਨ ਸਿੱਖ ਇਹੋ ਜੀ ਕਰਨੀ ਕਰ ਗਿਆ ਜਿਹਨੂੰ ਫਿਰ ਗੁਰੂ ਕਹਿੰਦਾ ਮੈਂ ਤੇਰੇ ਤੋਂ ਬਲਿਆਰ ਭਾਈ ਫੇਰੂ ਜੀ ਜਿਹੜੇ ਸਤਵੇਂ ਗੁਰਦੇਵ ਤੋਂ ਗੁਰੂ ਨਾਨਕ ਦੇ ਘਰ ਨਾਲ ਜੁੜਦੇ ਬੜਾ ਉੱਚਾ ਸੋੱਚਾ ਜੀਵਨ ਤੇ ਜਦੋਂ ਮਹਾਰਾਜ ਨੇ ਮਸੰਦਾਂ ਦਾ ਜੀਵਨ ਡਿੱਗਨ ਉਹ ਮਸੰਦਾਂ ਨੂੰ ਸਾੜਨ ਤੱਕ ਦੀ ਨੋਬਤਾਈ ਇਹਨਾਂ ਉਹਨਾਂ ਦਾ ਕਰੈਕਟਰ ਆਚਰਣ ਕਿਰਦਾਰ ਗਿਰ ਚੁੱਕਾ ਸੀ ਤੇ ਉਹਨਾਂ ਮਸੰਦਾਂ ਦੇ ਵਿੱਚ ਸੇਵਾ ਕਰਨ ਵਾਲੇ ਭਾਈ ਫੇਰੂ ਜੀ ਵੀ ਨੇ ਇਹ ਵੀ ਉਸ ਵਕਤ ਜਿਸ ਧਰਤੀ ਤੇ ਸੇਵਾ ਕਰਦੇ ਆ ਗੁਰੂ ਘਰ ਦੀ ਮਹਾਰਾਜ ਆਖਿਆ ਜਿੰਨੇ ਮਸੰਦ ਨੇ ਭਾਈ ਪਕੜ ਕੇ ਮੁਸ਼ਕਾਂ ਬੰਨ ਕੇ ਲੈ ਕੇ ਆਓ ਭਾਈ ਫੇਰੂ ਜੀ ਹੁਣਾਂ ਦੀ ਵੀ ਸ਼ਿਕਾਇਤ ਆਈ ਜੀ ਇਹਨਾਂ ਵੀ ਕਦੀ ਧੰਨ ਨਹੀਂ ਭੇਜਿਆ ਇੱਥੇ ਮਹਾਰਾਜ ਕਹਿੰਦੇ ਉਹਨੂੰ ਪਕੜ ਕੇ ਲਿਆਓ ਭਾਈ ਫੇਰੂ ਜੀ ਦਾ ਜੀਵਨ ਐਸਾ ਸੀ ਕੋਈ ਪਕੜਨ ਦੀ ਹਿੰਮਤ ਤਾਂ ਨਾ ਕਰੇ ਪਰ ਉਹਨਾਂ ਆਪ ਹੱਥ ਬਣਾ ਕੇ ਆਪਣੇ ਦਾੜੇ ਨੂੰ ਇਸ ਤਰ੍ਹਾਂ ਹੱਥ ਆਪ ਹੀ ਪਾ ਕੇ ਤੇ ਕਹਿੰਦੇ ਮੈਂ ਗੁਰੂ ਦੇ ਹਜ਼ੂਰ ਪੇਸ਼ ਹੁਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਫੇਰੂ ਜੀ ਤੁਹਾਡੀ ਵੀ ਸ਼ਿਕਾਇਤ ਆਈ ਹੈ ਤੁਸੀਂ ਵੀ ਜੋ ਸੰਗਤ ਦਸਵੰਦਕਾਰ ਭੇਟਾ ਦਿੰਦੀ ਤੁਸੀਂ ਗੁਰੂ ਦੇ ਦਰ ਤੇ ਕਦੀ ਲਿਆਂਦਾ ਹੀ ਨਹੀਂ ਜਮਾ ਹੀ ਨਹੀਂ ਕਰਾਉਂਦੇ ਮਹਾਰਾਜ ਜਿੱਥੇ ਤੇਰੇ ਸਿੱਖ ਬੜੇ ਬੜੇ ਧਨਵਾਨ ਨੇ ਧੰਨ ਵਾਲੇ ਨੇ ਦੇਣ ਵਾਲੇ ਉੱਥੇ ਮਹਾਰਾਜ ਬੜੇ ਐਸੇ ਵੀ ਨੇ ਜਿਹੜੇ ਗੁਰਬਤ ਵਿੱਚ ਹੈ ਗਰੀਬੀ ਵਿੱਚ ਹੈ ਤਾਂ ਦਾਤਾ ਜਦੋਂ ਜਿੱਥੇ ਸਿੱਖ ਜਿਹੜਾ ਮੈਨੂੰ ਧਨ ਦਿੰਦੇ ਆ ਇੱਕ ਪਾਸੇ ਮੈਂ ਲੈਣਾ ਜਦੋਂ ਲੋੜਵੰਦ ਵੇਖਦਾ ਤੇਰਾ ਹੁਕਮ ਜਾਣ ਕੇ ਉਹਨਾਂ ਵਿੱਚ ਹੀ ਵੰਡ ਦਿੰਦਾ ਹਾਂ ਤਾਂ ਨਹੀਂ ਮਹਾਰਾਜ ਇੱਥੋਂ ਤੱਕ ਪਹੁੰਚਿਆ ਉਹ ਵੀ ਤੇਰੇ ਹੀ ਦਰ ਤੇ ਪਹੁੰਚਦਾ ਹੈ ਮਹਾਰਾਜ ਨੇ ਕੁੱਟ ਕੇ ਗੱਲ ਨਾਲ ਲਾਇਆ ਔਰ ਭਾਈ ਫੇਰੂ ਦਾ ਦਾੜਾ ਪਕੜ ਕੇ ਮਹਾਰਾਜ ਮੁੱਖ ਨਾਲ ਚੁੰਮ ਕੇ ਦਸਮ ਪਾਚ ਕਹਿੰਦੇ ਭਾਈ ਫੇਰੂ ਤੇਰੀ ਸੱਚੀ ਦਾੜੀ ਭਾਈ ਫੇਰੂ ਤੇਰੀ ਸੇਵਾ ਗਾੜੀ ਭਾਈ ਫੇਰੂ ਤੇਰੀ ਕਰਨੀ ਸਾਰੀ ਔਰ ਅਖੀਰ ਤੇ ਜਾ ਕੇ ਕਹਿੰਦੇ ਭਾਈ ਫੇਰੂ ਤੈਥੋਂ ਸਤਗੁਰ ਬਲਿਹਾਰੀ ਐ ਜੀ ਮੈਂ ਉੱਚਾ ਇਤਨਾ ਜੀਵਨ ਹੋ ਗਿਆ ਬੇ ਗੁਰੂ ਦਾਤਾ ਸਿੱਖ ਨੂੰ ਇਹ ਬਚਨ ਕਹਿ ਦਵੇ ਸਿੱਖਾ ਮੈਂ ਤੇਰੀ ਕਰਨੀ ਤੋਂ ਕੁਰਬਾਨ ਤੇਰੇ ਜੀਵਨ ਤੋਂ ਬਲਿਹਾਰ ਜਾ ਰਿਆਂ ਹਾਂ ਜੋ ਤੂੰ ਕਾਰਜ ਕਰ ਦਿੱਤਾ ਜੋ ਕੰਮ-ਕੰਮ ਕਰ ਦਿੱਤਾ ਮੈਂ ਤੇਰੇ ਤੋਂ ਬਲਿਹਾਰ ਤੇਰੇ ਤੋਂ ਕੁਰਬਾਨ ਜਾਣਾ ਤਾਂ ਇਹ ਉਹ ਜੀਵਨ ਹੈ ਜਿੱਥੇ ਮਹਾਰਾਜ ਕਹਿੰਦੇ ਆ ਜਨ ਨਾਨਕ ਤਿੰਨ ਬਲ ਜਸੀ ਦਾਸ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਹਿੰਦੇ ਮੈਂ ਉਹਨਾਂ ਰੱਬ ਦੇ ਪਿਆਰੇ ਉਹਨਾਂ ਗੁਰਮਖਾਂ ਉਹਨਾਂ ਸੇਵਕਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਉਹਨਾਂ ਜੀਵਨਾਂ ਤੋਂ ਜਿਹੜੇ ਤੇਰੀ ਅਰਾਧਨਾ ਕਰਕੇ ਤੇਰੀ ਇਬਾਦਤ ਕਰਕੇ ਤੇਰੀ ਬੰਦਗੀ ਕਰਕੇ ਤੇਰੇ ਚਰਨਾਂ ਨਾਲ ਜੁੜਦੇ ਆ ਕਹਿੰਦੇ ਮੈਂ ਉਹਨਾਂ ਤੋਂ ਆਪਣੇ ਆਪ ਨੂੰ ਸਦਕੇ ਕਰਦਾ ਇਹ ਮਾਲਕ ਦੇ ਦਰ ਦੀ ਨਿਮਰਤਾ ਵੀ ਹੈ ਔਰ ਉਹਨਾਂ ਰੱਬ ਦੇ ਪਿਆਰਿਆਂ ਦਾ ਸਤਕਾਰ ਵੀ ਹੈ ਉਹਨਾਂ ਦਾ ਅਦਬ ਵੀ ਹੈ ਜਿਹੜੇ ਉਸ ਮਾਲਕ ਦੀ ਆਰਾਧਨਾ ਵਿੱਚ ਉਹਦੀ ਇਬਾਦਤ ਵਿੱਚ ਜੁੜਨ ਵਾਲੇ ਨੇ ਜਿੱਥੇ ਜਪਣ ਵਾਲਿਆਂ ਦਾ ਸਤਕਾਰ ਹੈ ਕਿਉਂਕਿ ਮਹਾਰਾਜ ਨੇ ਗੁਰਸਿੱਖ ਦੇ ਜੀਵਨ ਨੂੰ ਜਦੋਂ ਇਹ ਵਧਾਇਆ ਹੈ ਬਖਸ਼ਿਸ਼ ਕੀਤੀ ਹੈ ਤੇ ਵੀ ਆਖਿਆ ਜਿਹੜਾ ਗੁਰੂ ਦੇ ਚਰਨਾਂ ਤੇ ਝੁਕਦਾ ਫਿਰ ਗੁਰੂ ਇੱਕ ਦਿਨ ਸਾਰਾ ਸੰਸਾਰ ਉਹਦੇ ਚਰਨਾਂ ਤੇ ਝੁਕਾ ਦਿੰਦਾ ਜਿਹੜਾ ਗੁਰੂ ਦੀ ਮੰਨਦਾ ਨਾ ਮਾਲਕ ਇੱਕ ਦਿਨ ਸਭਨਾਂ ਨੂੰ ਉਹਦੇ ਹੁਕਮ ਵਿੱਚ ਕਰ ਦਿੰਦਾ ਇਹ ਮਾਲਕ ਦੇ ਦਰਦੀਆਂ ਖੇਡਾਂ ਨੇ ਤੇ ਸਾਬ ਕਹਿੰਦੇ ਜਿਨ੍ਹਾਂ ਨੇ ਜੱਪਿਆ ਪਹਿਲਾਂ ਤਾਂ ਉਹਨਾਂ ਨੂੰ ਆਖਿਆ ਉਹ ਧੰਨ ਨੇ ਉਹਨਾਂ ਦਾ ਆਉਣਾ ਧੰਨਵਾਦ ਫਰੀਦਾ ਆਪਾਂ ਬਚਨ ਪੜਦੇ ਹਾਂ ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ ਪਰ ਕਿਉ ਆਖਿਆ ਸ਼ਬਦ ਸ਼ੁਰੂ ਕਿੱਥੋਂ ਹੁੰਦਾ ਆਖਿਆ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ ਆਪ ਲਈ ਲੜ ਲਾਏ ਦਰਦਰਵੇਸ਼ ਸੇ ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ ਕਹਿੰਦੇ ਉਹਨਾਂ ਨੂੰ ਜਨਮ ਦੇਣ ਵਾਲੀ ਉਹ ਮਾਂ ਵੀ ਧੰਤਾ ਜੋਗ ਹੈ ਔਰ ਉਹਨਾਂ ਦਾ ਆਉਣਾ ਵੀ ਸਫਲਾ ਹੈ ਉਹਨਾਂ ਤੋਂ ਬਲਿਹਾਰ ਜਿਨ੍ਹਾਂ ਨੇ ਮਾਲਕ ਦੀ ਅਰਾਧਨਾ ਕੀਤੀ ਜਿਨ੍ਹਾਂ ਨੇ ਉਹਦੀ ਇਬਾਦਤ ਕੀਤੀ ਜਿਹੜੇ ਉਹਦੀ ਬੰਦਗੀ ਵਿੱਚ ਜੁੜੇ ਮਹਾਰਜ ਕਹਿੰਦੇ ਸੇ ਧੰ ਸੇ ਧੰ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਮਹਾਰਾਜ ਗੁਰੂ ਰਾਮਦਾਸ ਜੀ ਤਾਂ ਕਰਕੇ ਵਚਨ ਕਹਿ ਰਿਆ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਕੁਰਬਾਨ ਜਾਣਾਂ ਉਹਨਾਂ ਦੀ ਕਰਨੀ ਨੂੰ ਨਮਸਕਾਰ ਤੋਂ ਸਤਿਗੁਰੂ ਰਹਿਮਤ ਕਰੇ ਸਾਡਾ ਵੀ ਜੀਵਨ ਐਸਾ ਬਣ ਸਕੇ ਇਥੋਂ ਤੱਕ ਇਹ ਸ਼ਬਦ ਦੇ ਤਿੰਨ ਪਦੇ ਜਿਹੜੇ ਨੇ ਸਮਾਪਤ ਹੋਇਆ ਅਗਲੇ ਭਾਗ ਦੀ ਵਿਚਾਰ ਆਪਾਂ ਅਗਲੇ ਹਿੱਸੇ ਵਿੱਚ ਆਪ ਜੀ ਨਾਲ ਸਾਂਝੀ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ